ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਖੜ੍ਹੇ ਹਾਂ EAFS ਸੈਕਟਰ 40 ਸੀ ਚੰਡੀਗੜ੍ਹ। ਹਮੇਸ਼ਾ ਅਸੀਂ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ ਸਕੂਲਿੰਗ ਵੀਜ਼ੇ ਲੱਗਦੇ ਆ, ਚਾਹੇ ਉਹ ਕੈਨੇਡਾ ਦੀ ਗੱਲ ਹੋਵੇ ਚਾਹੇ USA ਦੀ ਗੱਲ ਹੋਵੇ। ਪਿਛਲੇ ਸ਼ੋਅ 'ਚ ਤੁਹਾਡੇ ਨਾਲ ਅਸੀਂ ਗੱਲ ਕੀਤੀ ਸੀ ਕਿ USA ਦੇ ਵੀਜ਼ੇ ਲੱਗੇ ਆ, ਦੋ ਸਟੂਡੈਂਟ ਹੈਗੇ ਨੇ ਔਰ ਉਹਨਾਂ ਦੇ ਪੇਰੈਂਟਸ ਸਾਡੇ ਨਾਲ ਨੇ, ਬੱਚੇ ਵੀ ਨਾਲ ਨੇ। ਇਹਨਾਂ ਦੇ ਪਾਸਪੋਰਟ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹੱਥਾਂ ਦੇ ਵਿੱਚ ਨੇ, ਦੋਨਾਂ ਬੱਚਿਆਂ ਦੇ। ਇਹ ਪ੍ਰੀਤ ਹੈ ਅਤੇ ਵੰਸ਼ਦੀਪ ਹੈ। ਅਤੇ ਬਹੁਤ ਬਹੁਤ ਮੁਬਾਰਕਾਂ ਸਰ ਪਹਿਲਾਂ ਤਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਕਿੱਦਾਂ ਤੁਹਾਨੂੰ ਪਤਾ ਲੱਗਿਆ ਇੱਥੇ ਤੁਸੀਂ ਪਹੁੰਚੇ? ਅਸੀਂ ਯੂਟਿਊਬ ਤੋਂ ਸਰਚ ਕੀਤਾ ਸੀ ਅਤੇ ਆਪਣਾ EIFS ਦੇ ਬਾਰੇ ਮੈਂ, ਠੀਕ ਹੈ ਜੀ, ਤੋਂ ਪਤਾ ਲੱਗਿਆ ਕਿ ਫਿਰ ਆ ਕੇ ਇਹਨਾਂ ਨਾਲ ਮੀਟਿੰਗ ਕੀਤੀ, ਠੀਕ ਹੈ, ਅਤੇ ਇਹਨਾਂ ਨੇ ਅੱਜ ਪੂਰਾ ਉਤਰੇ, ਸਾਡੇ ਖਰੇ ਉਤਰੇ ਨੇ। USA ਦਾ ਲੱਗਿਆ ਜੀ ਤੁਹਾਡਾ? USA ਦਾ ਵੀਜ਼ਾ ਲੱਗਿਆ ਦੋਨੋਂ ਬੱਚਿਆਂ ਦਾ ਸਾਡਾ, ਠੀਕ ਹੈ, ਅਤੇ ਅਸੀਂ ਬੜੇ ਖੁਸ਼ ਹਾਂ ਸਾਰਾ ਪਰਿਵਾਰ। ਇਹਦਾ ਗੁੜੀਆ ਕਿਹੜੀ ਕਲਾਸ 'ਚ ਹੈ? ਇਹ ਗੁੜੀਆ 6th ਕਲਾਸ 'ਚ ਹੈ, ਬੇਟਾ 7th 'ਚ। ਅੱਛਾ, ਕਿਹੜੀ ਜਗ੍ਹਾ ਜਾ ਰਹੇ ਨੇ? ਇਹ USA ਨਿਊਯਾਰਕ। ਨਿਊਯਾਰਕ ਦੇ ਵਿੱਚ ਕਿੰਨਾ ਕੁ ਟਾਈਮ ਲੱਗਿਆ ਪ੍ਰੋਸੈਸਿੰਗ ਟਾਈਮ ਜੇ ਪੂਰਾ ਆਪਾਂ ਦੇਖੀਏ? ਦੋ ਤਿੰਨ ਮਹੀਨੇ ਲੱਗ ਗਏ ਜੀ। ਅੱਛਾ ਜੀ, ਹਾਂਜੀ ਸਰ। ਤੇ ਫੰਡਸ ਤਾਂ ਤੁਹਾਡੇ ਕੋਲ ਰੈਡੀ ਸੀਗੇ ਸਾਰੇ? ਹਾਂ, ਕੁਝ ਕੀਤਾ, ਹਾਂ ਕਰੇ ਨੇ। ਇੰਟਰਵਿਊ ਦੇਣ ਲਈ ਕੌਣ ਗਿਆ ਸੀ ਤੁਹਾਡੇ ਜੋ? ਇੰਟਰਵਿਊ ਅਸੀਂ ਦੋਨੋਂ ਗਏ, ਆਪਣਾ ਗਏ ਸੀ। ਅੱਛਾ, ਦੋਨਾਂ ਦੀ ਹੋਈ? ਦੋਨਾਂ ਦੀ ਹੋਈ ਨੇ, ਸਾਡਾ ਦੋਨਾਂ ਦਾ ਵੀ ਲੱਗ ਗਿਆ ਵੀਜ਼ਾ। ਅੱਛਾ, ਤੁਹਾਡਾ ਵੀ ਲੱਗ ਗਿਆ? ਹਾਂਜੀ, ਬੱਚਿਆਂ ਦਾ। ਬੱਚਿਆਂ ਦੀ ਇੰਟਰਵਿਊ ਜਦੋਂ ਹੋਈ ਸੀ ਤੁਸੀਂ ਦਿੱਤੀ ਸੀ ਇਹਨਾਂ ਦੇ ਬਿਹਾਫ ਤੇ? ਹਾਂਜੀ, ਇਹਨਾਂ ਦੀ ਮਦਰ ਨੇ। ਅੱਛਾ, ਕੀ ਪੁੱਛਿਆ ਸੀਗਾ ਜੀ ਤੁਹਾਡੇ ਕੋਲੋਂ? ਸਰ, ਫਸਟ ਆਫ ਆਲ ਉਹਨਾਂ ਨੇ ਐਜੂਕੇਸ਼ਨ ਕੇ ਲਈ ਪੁੱਛਾ ਥਾ, ਐਂਡ ਦੈਨ ਦੂਸਰਾ ਐਡਮਿਸ਼ਨ ਕਹਾਂ ਪੇ ਕਰਵਾਇਆ ਹੈ ਵੋ ਪੁੱਛਾ ਥਾ, ਔਰ ਫੰਡਸ ਕੇ ਬਾਰੇ ਮੇਂ। ਅੱਛਾ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਇੰਟਰਵਿਊ ਦੇਣ ਗਏ, ਹਾਂਜੀ, ਫਿਰ ਤੁਹਾਡਾ ਵੀਜ਼ਾ ਆ ਗਿਆ? ਹਾਂਜੀ, ਸਾਡਾ। ਕਿੱਦਾਂ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ। ਤੇ ਇਹਨਾਂ ਦੀ ਸਰਵਿਸਿਜ਼ ਕਿਸ ਤਰ੍ਹਾਂ ਲੱਗੀਆਂ? ਇਹ ਫਸਟ ਟਾਈਮ ਤੁਸੀਂ ਮਿਲੇ? ਬਹੁਤ ਬੈਸਟ ਸਰਵਿਸਿਜ਼ ਹੈ, ਬਹੁਤ ਕੋਆਪਰੇਟਿਵ ਹੈ। ਅੱਛਾ, ਬਹੁਤ ਜ਼ਿਆਦਾ ਇਹਨਾਂ ਨੇ। ਆਪ ਇਤਨੀ ਦੂਰ ਸੇ ਦਿੱਲੀ ਸੇ ਯਹਾਂ ਆਏ? ਹਾਂਜੀ। ਮਤਲਬ ਲਗਾ ਨਹੀਂ ਵੀ ਚੰਡੀਗੜ੍ਹ ਜਾ ਰਹੇ ਹਾਂ ਇਤਨੀ ਦੂਰ ਪਏ? ਹਾਂ, ਬਿਲਕੁਲ ਵੀ ਨਹੀਂ। ਅੱਛਾ, ਤੇ ਅਭੀ ਫਿਰ ਆਪ ਕਬ ਜਾ ਰਹੇ ਹੋ? ਆਪ ਹਮਾਰਾ ਸਰ 15 ਅਗਸਤ ਕੋ ਹਮਾਰਾ ਫਲਾਈ ਹੈ ਯਹਾਂ ਸੇ। ਐਂਡ ਦੈਨ ਤੇ ਆਪ ਦੋਨੋਂ ਜਾ ਰਹੇ ਹੋ ਭਾਜੀ ਕਿ ਇਕੱਲੇ ਮੈਡਮ ਜਾ ਰਹੇ ਨੇ ਬੱਚਿਆਂ ਨਾਲ? ਦੋਨੋਂ ਜਾਵਾਂਗੇ ਅਸੀਂ। ਅੱਛਾ, ਦੋਨੋਂ ਜਾਵਾਂਗੇ। ਹਾਂਜੀ, ਤੇ ਨਾਲੇ ਕਿ ਸਰ ਦੱਸ ਰਹੀ ਤੁਸੀਂ ਗਵਰਨਮੈਂਟ ਜੋਬ ਦੇ? ਹਾਂਜੀ, ਗਵਰਨਮੈਂਟ ਦੇ ਮੈਂ ਪਰਮਿਸ਼ਨ ਦੇ ਰੱਖੀ ਹੈ, ਛੁੱਟੀ ਲੈ ਲਈ? ਹਾਂਜੀ, ਛੁੱਟੀ ਲੈ ਰੱਖੀ, 20 ਦਿਨ ਦੀ ਛੁੱਟੀ ਲਾਉਂਗਾ। ਹਾਂਜੀ, ਅੱਛਾ, ਫਿਰ ਇਹਨਾਂ ਨੂੰ ਛੱਡ ਕੇ ਤੁਸੀਂ ਹਾਂਜੀ ਮੈਂ ਵਾਪਸ ਆ ਜਾਵਾਂਗਾ। ਠੀਕ ਹੈ, ਤੇ ਕਿੱਦਾਂ ਕਿੱਦਾਂ ਲੱਗ ਰਿਹਾ ਬੇਟਾ? ਅੱਛਾ, ਕਿਹੜੀ ਕਲਾਸ 'ਚ ਇੱਥੇ ਸੀਗੇ? 6th। ਤੇ ਹੁਣ ਕਿਹੜੀ ਕਲਾਸ ਜਾ ਰਹੇ ਹੋ? 6th ਜਾ ਰਹੇ ਹੋ, ਤਾਂ ਕਿੰਨੀ ਖੁਸ਼ੀ ਹੈ। ਫਰੈਂਡਸ ਬੋਲਦੇ ਨਹੀਂ ਵੀ ਆਪ ਜਾ ਰਹੇ ਹੋ USA? ਬੋਲਦੇ ਆ। ਫਿਰ ਕੀ ਕਹਿੰਦੇ ਹੋ? ਕਹਤੇ ਕਿ ਤੂੰ ਕਿਉਂ ਜਾ ਰਹੀ ਹੈ? ਦੁਖੋ ਤਾਂ ਉਹਨਾਂ ਕੋ ਵੀ ਕਿਉਂ ਜਾ ਰਹੀ ਹੈ ਨਾ ਹਮਾਰੀ ਫਰੈਂਡ। ਚਲੋ ਕੋਈ ਬਾਤ ਨਹੀਂ, ਫਿਰ ਉਹਨਾਂ ਕੋ ਵੀ ਬੁਲਾ ਲੈਣਾ ਆਪਨੇ, ਹੈ ਨਾ? ਉਹਨਾਂ ਕੋ ਬਤਾ ਦੇਣਾ ਵੀ ਲਵੀ ਜੀ ਸੇ ਮਿਲ ਲਓ ਤੁਮ ਵੀ। ਓਕੇ, ਹਾਂਜੀ, ਕੈਸਾ ਲੱਗ ਰਿਹਾ ਬੇਟਾ? ਹਾਂ, ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਅੱਜ ਮੈਂ ਆਪਣਾ USA ਕਾ ਵੀਜ਼ਾ ਗ੍ਰਾਂਟ ਕਰ ਪਾਇਆ ਹੂੰ, ਇਸ ਲਈ ਮੈਂ ਬਹੁਤ ਖੁਸ਼ ਹੂੰ ਇਸ ਚੀਜ਼ ਕੇ। ਆਪ ਕਿਸ ਕਲਾਸ ਮੇਂ ਜਾ ਰਹੇ ਹੋ? ਮੈਂ 7th ਕਲਾਸ ਮੇਂ ਜਾ ਰਹਾ ਹੂੰ। ਅੱਛਾ, ਇੰਡੀਆ ਮੇਂ 7th ਕਲਾਸ ਮੇਂ ਥਾ। ਅੱਛਾ, ਫਿਰ ਵਹਾਂ ਵੀ 7th ਮੇਂ ਹੋ ਆਪ ਕਾ ਐਡਮਿਸ਼ਨ? ਹਾਂਜੀ। ਅੱਛਾ, ਤੋ ਔਰ ਕੋਈ ਮੈਸੇਜ ਦੇਣਾ ਚਾਹੋ ਔਰ ਸਟੂਡੈਂਟਸ ਜੋ ਆਪਕੇ ਸਾਥੀ ਹੈ, ਆਪਕੇ ਦੋਸਤ ਹੈ? ਮੈਂ ਉਨਕੋ ਯਹੀ ਬਤਾਨਾ ਚਾਹੂੰਗਾ ਵੋ ਇਨਕੀ ਹੀ ਸਰਵਿਸ ਯੂਜ਼ ਕਰੇ ਕਿਉਂਕਿ ਯਹਾਂ ਕੀ ਸਰਵਿਸ ਬਹੁਤ ਅੱਛੀ ਹੈ ਔਰ ਯੇ ਬਹੁਤ ਜਲਦੀ ਰਿਵਿਊ ਔਰ ਅੱਛੇ ਇਨਕੇ ਰਿਵਿਊਜ਼ ਵੀ। ਪਲਾਨ ਕੈਸੇ ਬਣਾ ਵੀ ਹਮਨੇ ਜਾਣਾ ਹੈ USA ਜਾਣਾ ਹੈ? ਮੇਰੇ ਪੇਰੈਂਟਸ ਨੇ ਇਨਕਾ ਯੂਟਿਊਬ ਪੇ ਦੇਖਾ ਥਾ ਇੰਟਰਵਿਊ, ਵਹਾਂ ਸੇ ਹਮਨੇ ਕੰਟੈਕਟ ਕੀਆ। ਨਹੀਂ, ਆਪਨੇ ਡਿਸਾਈਡ ਕਰ ਲਿਆ ਵੀ ਠੀਕ ਹੈ, ਜਬ ਆਪਨੇ ਦੋਸਤ ਛੋੜ ਦੇਗੇ, ਦੇਸ਼ ਛੋੜ ਦੇਗੇ, USA ਜਾਏਗੇ? ਪਲੱਸ 2 ਕੋ ਬਾਅਦ ਤੋਂ ਇਹ ਹੁੰਦਾ ਨਾ ਬੰਦਾ ਸਿਆਣਾ ਹੋਏ ਤਾਂ ਥੋੜਾ ਵੀ ਬੰਦੇ ਕੋ ਬੱਚੇ ਕੋ ਪਤਾ ਹੁੰਦਾ ਹੈ ਅਭੀ। ਨਹੀਂ, ਮੈਂ ਆਪਣੀ ਸਟੱਡੀਜ਼ ਕੰਪਲੀਟ ਕਰਨ ਕੇ ਬਾਅਦ ਆਪਣੇ ਹੋਮ ਟਾਊਨ ਵਾਪਸ ਆਉਂਗਾ ਤਾਂ ਕਿ ਮੈਂ ਸਰਵਿਸਿਜ਼ ਯਹਾਂ ਪੇ ਵੀ ਪ੍ਰੋਵਾਈਡ ਕਰ ਸਕੂੰ ਜੋ ਮੈਂ ਵਹਾਂ ਸੇ ਸਿੱਖ ਕੇ ਆ ਰਹਾ ਹੂੰ। ਵੈਰੀ ਗੁੱਡ। ਤੇ ਇਹ ਸਾਡੇ ਨਾਲ ਬੱਚੇ ਆ ਜੀ ਦੋ, ਤੇ ਇਹਨਾਂ ਦੇ ਵੀਜ਼ਾ ਲੱਗੇ ਆ USA ਦਾ ਸਕੂਲਿੰਗ ਵੀਜ਼ਾ। ਤੇ ਕਿੰਨੀ ਏਜ ਹੈ ਜੀ ਬੇਟੇ ਦੀ? ਕਿੰਨੀ ਏਜ ਹੈ ਭਾਜੀ? ਜੀ 13 ਸਾਲ ਕਾ ਹੈ ਬਿਟੀਆ। ਬਿਟੀਆ 11 ਸਾਲ ਕੀ ਹੈ? ਠੀਕ ਹੈ, ਤੇ 13 ਸਾਲ ਦੇ ਆ, ਤੇ ਇਹ ਬਿਟੀਆ ਕੀ 11 ਸਾਲ ਦੀ ਜਿਹਨਾਂ ਦਾ ਵੀਜ਼ਾ ਲੱਗਿਆ
ਔਰ ਹਮੇਸ਼ਾ ਇੱਥੇ ਆਉਣ ਦਾ ਮਕਸਦ ਇਹ ਸੀਗਾ ਕਿ ਆਪਾਂ ਅਕਸਰ ਹੀ ਦੇਖਦੇ ਹੁੰਦੇ ਹਾਂ ਕਿ ਜਿਹੜਾ ਵੀਜ਼ਾ ਨਹੀਂ ਲੱਗਦਾ, ਜਿਹੜਾ ਸਕੂਲਿੰਗ ਵੀਜ਼ਾ ਖਾਸ ਤੌਰ 'ਤੇ ਆਪਾਂ ਕਮੈਂਟਸ 'ਚ ਕਈ ਕਰ ਦਿੰਦੇ ਹੈ, ਪਰ ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਵੀਜ਼ਾ ਲੱਗਦਾ। ਹੋਰ ਕੀ ਆਪਸ਼ਨਸ ਨੇ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਆ, ਜਿਨ੍ਹਾਂ ਦੇ ਬੱਚੇ ਹੈ, ਕਿਹੜੀ ਕਲਾਸ ਤੋਂ, ਕਿੰਨੀ ਉਮਰ ਵਾਲੇ ਬੱਚੇ ਨੇ ਜਿਹੜੇ ਪੇਰੈਂਟਸ ਦੇ ਨਾਲ ਆਪਣਾ ਅਪਲਾਈ ਕਰ ਸਕਦੇ ਆ, ਉਹ ਵੀ ਜਾਣਦੇ ਆ ਸਾਡੇ ਨਾਲ। ਲਵਿਸ਼ ਜੀ ਨੇ ਕਿੱਦਾਂ, ਇਹਨਾਂ ਨਾਲ ਤਾਂ ਅਸੀਂ ਗੱਲ ਕਰ ਲਈ, ਬੱਚੇ ਬਹੁਤ ਖੁਸ਼ ਨੇ, ਦਿੱਲੀ ਤੋਂ ਆਏ ਆ, ਹੈ ਨਾ ਜੀ। ਕਿਸ ਤਰ੍ਹਾਂ ਲੱਗਦਾ ਜਦੋਂ ਇਸ ਤਰ੍ਹਾਂ ਦੇ ਸਕਸੈਸ ਸਟੋਰੀਜ਼ ਤੁਹਾਨੂੰ ਦੇਖਣ ਨੂੰ ਮਿਲਦੀਆਂ? ਭਾਅ ਜੀ ਦੇਖਾਂ, ਇਹਨਾਂ ਦੇ ਬਾਰੇ ਤਾਂ ਮੈਂ ਦੱਸਾਂ ਕਿ ਜਦੋਂ ਆਪਾਂ ਫੈਬਰੇਰੀ 'ਚ USA ਲੌਂਚ ਕੀਤਾ ਸੀਗਾ ਔਰ ਮੇਰੇ ਕੋਲ ਬੈਠੇ ਸੀ, ਮੈਂ ਇਹਨਾਂ ਨੂੰ ਕਿਹਾ ਸੀ ਬਈ ਤੁਸੀਂ ਮੇਰੇ ਕਹਿਣ 'ਤੇ USA ਦਾ ਕਰੋ। ਮੈਂ ਕਹਿੰਦਾ ਵੀ ਦਿਲ ਨੂੰ ਇੰਨੀ ਖੁਸ਼ੀ ਹੁੰਦੀ ਹੈ, ਵੈਰੀ ਫਸਟ ਕਲਾਇੰਟ ਤਾਂ ਕਲਾਇੰਟ ਇਹ ਪੁੱਛਦੇ ਪਹਿਲਾਂ ਤੁਹਾਨੂੰ ਵੀਜ਼ੇ ਚੈੱਕ ਕਰਾਓ। ਔਰ ਇਹਨਾਂ ਨੂੰ ਪਤਾ ਵੀ ਸੀਗਾ ਕਿ ਇਹਨਾਂ EIFS ਨੇ ਨਵਾਂ ਪ੍ਰੋਸੈਸ ਸਟਾਰਟ ਕੀਤਾ ਔਰ ਆਪਾਂ ਇਹਨਾਂ ਦੇ ਪਹਿਲੇ ਕਲਾਇੰਟ ਹੈ, USA ਦੇ ਫਸਟ ਕਲਾਇੰਟ ਹੈਗੇ ਸਕੂਲਿੰਗ ਵੀਜ਼ਾ ਦੇ। ਔਰ ਥੈਂਕਸ ਟੂ ਪੂਜਾ ਮੈਮ ਜਿਨ੍ਹਾਂ ਨੇ ਬਹੁਤ ਜ਼ਿਆਦਾ ਟਰੱਸਟ ਕੀਤਾ ਔਰ ਸਰ ਨੇ ਬਹੁਤ ਜ਼ਿਆਦਾ ਟਰੱਸਟ ਕੀਤਾ ਔਰ ਸਾਰੀ ਬਾਗਡੋਰ ਹੀ ਮੇਰੇ ਹੱਥ ਛੱਡਤੀ, ਤੁਸੀਂ ਕਰਾ ਕੇ ਦੇਣਾ ਸਰ। ਪਰ ਮੈਂ ਗੱਲ ਇਹ ਕਹਿੰਦਾ ਸਾਰੇ ਦਰਸ਼ਕਾਂ ਨੂੰ, ਮੇਰੇ ਤੋਂ ਜ਼ਿਆਦਾ ਜੋ ਭੱਜ ਤੋੜ ਹੈ ਉਹ ਹੈ ਮੈਮ ਨੇ ਕੀਤੀ ਹੈਗੀ ਹੈ ਆਪਣੇ ਵੀਜ਼ਾ ਦੇ ਵਾਸਤੇ, ਅਤੇ ਦਿਲ ਨੂੰ ਔਰ EIFS ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਸਾਨੂੰ ਕਿ ਜਦੋਂ ਜੋ ਕਲਾਇੰਟ ਸਾਡੇ 'ਤੇ ਟਰੱਸਟ ਕਰਦਾ ਔਰ ਆਪਾਂ ਉਹਨਾਂ ਦੇ ਡ੍ਰੀਮਸ ਨੂੰ ਪੂਰਾ ਕਰ ਪਾਉਂਦੇ ਹਾਂ। ਨੈਕਸਟ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਬੱਚੇ ਨੇ ਜਿਹੜੇ ਜਾ ਸਕਦੇ? USA ਦੇ ਵਾਸਤੇ 7 ਤੋਂ ਲੈ ਕੇ 17 ਸਾਲ ਤੱਕ ਦੇ, ਜਿਹਦਾ 18 ਨਾ ਕੰਪਲੀਟ ਹੋ ਜਾਵੇ ਉਹ ਸਾਰੇ ਬੱਚੇ ਮਾਈਨਰ ਵੀਜ਼ਾ ਦੇ ਅੰਡਰ ਅਪਲਾਈ ਕਰ ਸਕਦੇ ਨੇ। ਅਤੇ ਕਿੰਨੇ ਕੁ ਟਾਈਮ ਦੇ ਵਿੱਚ ਵੀਜ਼ਾ ਆ ਜਾਂਦਾ ਹੁਣ ਇਹ? ਦੇਖੋ ਇਹਦੇ ਵਿੱਚ ਭਾਅ ਜੀ ਜੋ ਆਪਣੀ I-20 ਜੋ ਆਪਾਂ ਕਹਿੰਦੇ ਹਾਂ USA ਦੇ ਵਿੱਚੋਂ ਆਉਣ ਨੂੰ 45 ਡੇਜ਼ ਦੇ ਅਪਰੋਕਸੀਮੇਟਲੀ ਲੱਗਦਾ, ਜਿੰਨਾ ਇੰਨਾ ਕੁ ਟਾਈਮ ਲੱਗਦਾ। ਉਸ ਤੋਂ ਬਾਅਦ ਆਪਣੀ ਇੰਟਰਵਿਊ ਚੱਕਣੀ ਹੁੰਦੀ ਹੈ, ਉਹ ਆਪਾਂ ਹਮੇਸ਼ਾ ਕਲਾਇੰਟਸ ਦੀ ਪ੍ਰਾਇਓਰਿਟੀ ਬੇਸ 'ਤੇ ਹੀ ਇੰਟਰਵਿਊ ਚੁਕਾਉਂਦੇ ਹੁੰਦੇ ਹਾਂ। ਮਤਲਬ ਤੁਸੀਂ ਕਹਿ ਲਓ 3-4 ਮਹੀਨੇ ਦੇ ਵਿੱਚ ਤੁਹਾਡੇ ਹੱਥ 'ਚ ਤੁਹਾਡਾ ਰੈਡੀ ਟੂ ਫਲਾਈ। ਤੁਹਾਡੀ ਇੰਟਰਵਿਊ ਕਿੱਥੇ ਹੋਈ ਸੀ ਮੈਮ? ਸਾਡੀ ਇਹਨਾਂ ਬੱਚਿਆਂ ਦੀ ਤਾਂ ਹੋਈ ਸੀ ਦਿੱਲੀ ਵਿੱਚ। ਅੱਛਾ ਜੀ। ਮੰਮੀ ਪਾਪਾ ਐਂਡ ਦਾਦਾ ਦਾਦੀ ਇਨਕਲੂਡ ਆਪਾਂ ਕਰ ਸਕਦੇ ਹਾਂ, ਜਿੱਦਾਂ ਜੁਆਇੰਟ ਫੈਮਿਲੀ ਹੁੰਦੀ ਹੈ। ਤਹਿਸੀਲਦਾਰ ਇਨਕਮ ਸਰਟੀਫਿਕੇਟ ਦੇ ਦਿਓ, ਜੇਕਰ ਜੇ ਫਾਰਮ ਹੈਗੇ ਹੈ, ITR ਇਨਫੈਕਟ ਜੇ ਦਾਦਾ ਦਾਦੀ ਪੈਨਸ਼ਨ ਲੈਂਦੇ ਆ ਉਹਨਾਂ ਦੀ ITR ਦੀ ਵੀ ਲੋੜ ਨਹੀਂ ਹੈ, ਜਸਟ ਪੈਨਸ਼ਨ ਸਟੇਟਮੈਂਟ ਵੀ ਚੱਲ ਪੈਂਦੀ ਹੈ। ਬਿਲਕੁਲ, ਜੇਕਰ ਤੁਸੀਂ ਸਕੂਲਿੰਗ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ ਤਾਂ ਕੈਨੇਡਾ ਦਾ ਵੀ ਪ੍ਰੋਸੈਸ ਸੇਮ ਹੀ ਹੈ ਕਿ ਉਹਦਾ ਅਲੱਗ ਹੈ ਕੁਛ? ਸਰ ਕੈਨੇਡਾ ਦਾ ਭਾਅ ਜੀ ਦੇ ਵਿੱਚ ਥੋੜ੍ਹਾ ਅਲੱਗ ਹੈਗਾ, ਕੈਨੇਡਾ 'ਚ ਡਾਕੂਮੈਂਟੇਸ਼ਨ ਛੇਤੀ ਹੋ ਜਾਂਦੀ ਹੈ, ਲੇਕਿਨ ਜਦੋਂ ਪੇਰੈਂਟਸ ਦੇ ਬਾਇਓਮੈਟ੍ਰਿਕ ਹੋ ਜਾਂਦੇ ਆ, ਜੇ ਬੱਚਾ 14 ਸਾਲ ਤੋਂ ਥੱਲੇ ਬਾਇਓਮੈਟ੍ਰਿਕ ਨਹੀਂ ਹੋਣਗੇ, ਫਾਈਲ ਸਬਮਿਸ਼ਨ ਤੋਂ ਬਾਅਦ ਜੋ ਟਾਈਮ ਲੱਗਦਾ ਉਹ ਆਪਣੇ ਹੱਥ ਵਕਤ ਨਹੀਂ ਹੈਗਾ। ਉਹ ਲਾਈਕ ਮੈਂ 34 ਦਿਨ ਦੇ ਵਿੱਚ ਰਿਜ਼ਲਟ ਦੇਖਿਆ, 54 ਦੇ ਵਿੱਚ ਹੀ ਦੇਖਿਆ, ਤਾਂ ਹੁਣ ਪਿਛਲਾ ਰਿਜ਼ਲਟ ਮੈਂ 129 ਡੇਜ਼ ਦੇ ਵਿੱਚ ਦੇਖਿਆ। ਅਤੇ ਕੈਨੇਡਾ ਨੂੰ ਖੁੱਲ੍ਹਾ ਸਮਾਂ ਚਾਹੀਦਾ ਹੁੰਦਾ। ਬਿਲਕੁਲ, ਬਹੁਤ ਬਹੁਤ ਮੁਬਾਰਕਾਂ ਬੱਚਿਆਂ ਨੂੰ, ਇਹਨਾਂ ਦੇ ਮਾਤਾ ਪਿਤਾ ਨੂੰ ਜਿਨ੍ਹਾਂ ਦੇ ਵੀਜ਼ੇ ਆਏ ਆ। ਔਰ ਖਾਸ ਤੌਰ 'ਤੇ ਦਿਖਾਉਣ ਦਾ ਮਕਸਦ ਇਹੀ ਸੀ ਕਿ ਹੋਰ ਵੀ ਜਿਹੜੇ ਜਾਣਾ ਚਾਹੁੰਦੇ ਆ, ਪਰ ਉਸਦੇ ਲਈ ਤੁਹਾਡੀ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਹੈ। ਤੁਸੀਂ ਇੱਕ ਵਾਰੀ ਡਿਸਕਸ ਕਰ ਸਕਦੇ ਹੋ, ਨੰਬਰ ਅਸੀਂ ਥੱਲੇ ਡਿਸਪਲੇ ਕਰ ਰਹੇ ਹਾਂ। ਲਵਿਸ਼ ਜੀ ਨੂੰ ਮਿਲਣਾ ਚਾਹੁੰਦੇ ਹੋ, Sector 40 ਚੰਡੀਗੜ੍ਹ ਆ ਕੇ ਮਿਲ ਸਕਦੇ ਹੋ। ਜਿਵੇਂ ਭਾਅ ਜੀ ਦਿੱਲੀ ਤੋਂ ਆਏ ਆ ਤਾਂ ਬਹੁਤ ਦੂਰ ਆ ਦਿੱਲੀ ਇੱਥੋਂ, ਹਾਲਾਂਕਿ ਦਿੱਲੀ ਜਦੋਂ ਪੰਜਾਬ ਵਾਲਿਆਂ ਨੇ ਵਿਦੇਸ਼ ਜਾਣਾ ਜਾਂ ਪਿੰਡਾਂ ਵਾਲਿਆਂ ਨੂੰ ਚੰਡੀਗੜ੍ਹ ਆਉਂਦੇ ਆ, ਚੰਡੀਗੜ੍ਹ ਵਾਲੇ ਜਾਣਾ ਤਾਂ ਦਿੱਲੀ ਜਾਂਦੇ ਆ, ਪਰ ਇਹ ਦਿੱਲੀ ਤੋਂ ਵਾਪਸ ਆਏ ਆ ਚੰਡੀਗੜ੍ਹ, ਹੈ ਨਾ। ਅਤੇ ਬੜੀ ਇਹਨਾਂ ਦੀ ਵੀ ਚਲੋ ਟਰੱਸਟ ਕਰਨਾ ਬਹੁਤ ਔਖਾ ਅੱਜ ਦੇ ਟਾਈਮ 'ਚ ਇਹਨਾਂ ਨੇ ਕੀਤਾ, ਅਤੇ ਨਾਲ ਦੀ ਨਾਲ ਚਲੋ ਸਕਸੈਸ ਜਿਹੜੇ ਆ ਇਹਨਾਂ ਦਾ ਜਿਹੜਾ ਵਿਸ਼ਵਾਸ ਸੀਗਾ, ਲਵਿਸ਼ ਜੀ ਨੇ ਵੀ ਉਸੇ ਤਰ੍ਹਾਂ ਨਾਲ ਉਸਦਾ ਮਾਣ ਰੱਖਿਆ, ਇਹਨਾਂ ਦਾ ਵੀਜ਼ਾ ਆਇਆ ਬੱਚਿਆਂ ਦਾ। ਅਤੇ ਜੇਕਰ ਤੁਸੀਂ ਵੀ ਕੋਈ ਵੀ ਸਕੂਲਿੰਗ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦਾ ਤਾਂ ਨੰਬਰ 'ਤੇ ਕਾਲ ਕਰਕੇ Sector 40 ਚੰਡੀਗੜ੍ਹ ਦੇ ਵਿੱਚ ਆ ਕੇ ਲਵਿਸ਼ ਜੀ ਨੂੰ ਜਾਂ ਇਹਨਾਂ ਦੀ ਟੀਮ ਨੂੰ ਮਿਲ ਸਕਦਾ। ਧੰਨਵਾਦ।